ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਗੁਰਦਾਸਪੁਰ ਕੇ ਗਾਂਵ ਸੇਖਾਂ ਮੇਂ ਹਾਲਾਤ ਉਸ ਸਮੇਂ ਤਣਾਅਪੂਰਨ ਹੋ ਗਏ ਜਬ ਗਾਂਵ ਮੇਂ ਬਣੀ CNI ਚਰਚ ਮੇਂ ਕਾਮ ਕਰਤੇ ਹੋਏ ਬੰਦਗੀ ਕਰਨੇ ਕੋ ਲੇਕਰ ਗਾਂਵ ਵਾਸੀਆਂ ਮੇਂ ਵਿਵਾਦ ਖੜਾ ਹੋ ਗਿਆ। ਗਾਂਵ ਕੇ ਏਕ ਦੜੇ ਕਾ ਕਹਿਣਾ ਹੈ ਕਿ ਗਾਂਵ ਮੇਂ ਬਣੀ ਚਰਚ ਮੇਂ ਪਾਦਰੀ ਜਵੇਦ ਮਸੀਹ ਪ੍ਰਭੂ ਕੀ ਬੰਦਗੀ ਕਰੇਂਗੇ, ਲੇਕਿਨ ਗਾਂਵ ਕੇ ਕੁਛ ਔਰ ਲੋਕ ਕਿਸੀ ਔਰ ਕੋ ਚਰਚ ਮੇਂ ਬਿਠਾਉਣਾ ਚਾਹਤੇ ਹੈ। ਸੁਬਹਾ ਜਬ ਪਾਦਰੀ ਜਵੇਦ ਮਸੀਹ ਚਰਚ ਮੇਂ ਬੰਦਗੀ ਕਰਨੇ ਪਹੁੰਚਾ ਤੋ ਕੁਝ ਲੋਕੋ ਨੇ ਉਹਨੇ ਚਰਚ ਸੇ ਬਾਹਰ ਨਿਕਾਲ ਗੇਟ ਕੋ ਦੋ ਤਾਲੇ ਲਗਾ ਦੀਏ, ਜਿਸਕੇ ਬਾਅਦ ਵਿਵਾਦ ਖੜਾ ਹੋ ਗਿਆ। ਵਹੀਂ ਪੁਲਿਸ ਨੇ ਮੌਕੇ ਪਰ ਪਹੁੰਚ ਕਰ ਮਾਹੌਲ ਕੋ ਸ਼ਾਂਤ ਕੀਆ ਹੈ। ਜਾਣਕਾਰੀ ਦਿੱਤੇ ਹੋਏ ਪਾਦਰੀ ਜਵੇਦ ਮਸੀਹ ਔਰ ਗਾਂਵ ਕੇ ਲੋਕੋ ਨੇ ਬਤਾਇਆ ਕਿ ਵਹਿ ਪਿਛਲੇ ਲੰਮੇ ਸਮੇਂ ਸੇ ਚਰਚ ਕੀ ਦੇਖਭਾਲ ਕਰਤਾ ਆ ਰਹਾ ਹੈ ਔਰ ਗਾਂਵ ਕੇ ਹੀ ਕੁਛ ਸ਼ਰਾਰਤੀ ਤੱਤਵ ਚਰਚ ਮੇਂ ਕਿਸੀ ਔਰ ਕੋ ਬਿਠਾਉਣਾ ਚਾਹਤੇ ਹੈ। ਇਸੀ ਬਾਤ ਕੋ ਲੇਕਰ ਕੋਰਟ ਨੇ ਉਹਨੇ ਸਟੇਅ ਵੀ ਦੇ ਰੱਖਾ ਹੈ, ਜਿਸਮੇਂ ਸਾਫ ਲਿਖਾ ਹੈ ਕਿ ਪਾਦਰੀ ਜਵੇਦ ਮਸੀਹ ਹੀ ਚਰਚ ਕੀ ਦੇਖਭਾਲ ਕਰੇਂਗੇ ਔਰ ਗਾਂ ਕੇ ਦੂਸਰੇ ਲੋਕ ਸਿਰਫ ਬੰਦਗੀ ਮੇਂ ਹਿੱਸਾ ਲੇ ਸਕਤੇ ਹੈ, ਲੇਕਿਨ ਯੇ ਲੋਕ ਕੋਰਟ ਕੇ ਆਦੇਸ਼ੋਂ ਕਾ ਵੀ ਪਾਲਨ ਨਹੀਂ ਕਰ ਰਹੇ ਔਰ ਗਾਂਵ ਕੇ ਮਾਹੌਲ ਕੋ ਖਰਾਬ ਕਰ ਚਰਚ ਪਰ ਕਬਜ਼ਾ ਕਰਨਾ ਚਾਹਤੇ ਹੈ। ਔਰ ਜਬ ਵਹਿ ਸੁਬਹ ਚਰਚ ਮੇਂ ਬੰਦਗੀ ਕਰਨੇ ਪਹੁੰਚਾ ਤੋ ਕੁਝ ਲੋਕੋ ਨੇ ਉਸੇ ਚਰਚ ਸੇ ਬਾਹਰ ਨਿਕਾਲ ਗੇਟ ਕੋ ਤਾਲੇ ਲਗਾ ਦੀਏ, ਜਿਸਕੇ ਬਾਅਦ ਵਿਵਾਦ ਖੜਾ ਹੋ ਗਿਆ। ਗਾਂਵ ਕੇ ਲੋਕੋ ਨੇ ਮੰਗ ਕੀ ਹੈ ਕਿ ਇਨ ਸ਼ਰਾਰਤੀ ਤੱਤਵੋਂ ਪਰ ਸਖਤ ਕਾਰਵਾਈ ਕੀ ਜਾਏ ਤਾਂ ਜੋ ਗਾਂਵ ਕੇ ਲੋਕ ਪ੍ਰਭੂ ਯਿਸ਼ੂ ਕੇ ਜਨਮ ਦਿਨ ਕੋ ਅੱਛੀ ਤਰ੍ਹਾਂ ਮਨਾ ਸਕੇ। CNI ਚਰਚ ਦਾ ਪਾਦਰੀ ਸਾਹਿਬ ਹਾਂ ਔਰ 1970 ਤੋਂ ਲੈ ਕੇ ਔਰ ਅੱਜ ਤੱਕ CNI ਦੇ ਪਾਦਰੀ ਸਾਹਿਬ ਬੰਦਗੀ ਕਰਾ ਰਹੇ ਨੇ ਔਰ ਸਾਡਾ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਔਰ ਸਟੇ ਆਰਡਰ CNI ਨੂੰ ਮਿਲਿਆ ਹੈ ਜਿਸ ਵਿੱਚ ਇਹਨਾਂ ਨੇ ਧੱਕੇ ਨਾਲ ਤਾਲੇ ਲਾ ਦਿੱਤੇ ਚਰਚ ਨੂੰ। ਸਾਡਾ ਕੋਰਟ ਕੇਸ ਚੱਲਦਿਆ ਇਹ ਸੁੱਚਾ ਮਸੀਹ, ਬੰਟੀ ਮਸੀਹ, ਮੱਖਣ ਮਸੀਹ, ਮੈਂ ਸਵੇਰੇ ਚਰਚ ਲਾਉਣ ਆਇਆ 9:30 ਔਰ ਮੈਂ ਚਰਚ ਖੋਲ੍ਹਣ ਲੱਗਾ ਸੀ, ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ। ਸ਼ਰਾਰਤੀ ਅੰਸਰਾਂ ਨੇ ਚਰਚ ਨੂੰ ਤਾਲਾ ਲਾ ਦਿੱਤਾ। ਸ਼ਾਮੂ ਮਸੀਹ, ਹਾਂਜੀ, ਥਾਣੇ ਵਿੱਚ ਐਪਲੀਕੇਸ਼ਨ ਦਿੱਤੀ ਗਈ, ਇਹਦੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ, ਅੱਗੇ ਅਸੀਂ ਫੇਰ ਕੋਰਟ ਨੂੰ ਦੇਵਾਂਗੇ। ਜਿਹੜਾ ਚਰਚ ਵਾ ਸਾਡਾ CNI ਮਿਸ਼ਨ ਸ਼ੁਰੂ ਤੋਂ ਲਾ ਰਹੀ ਹੈ ਸਰ, ਇਹਨਾਂ ਦੇ ਪਾਦਰੀ ਬਦਲ ਬਦਲ ਕੇ 3-4 ਸਾਲ ਬਾਅਦ ਬਦਲ ਜਾਂਦਾ ਪਾਦਰੀ। ਹੁਣ ਸਰ ਇੱਥੇ ਜਵਦ ਮਸੀਹ ਦੀ ਡਿਊਟੀ ਲੱਗੀ ਆ, ਇਹ ਬੜੀ ਰੁਟੀਨ ਨਾਲ ਕੋਰਟ ਵੱਲੋਂ ਸਟੇਅ ਮਿਲਿਆ ਤਾ ਅਤੇ ਇਹ ਚਲਾ ਰਹੇ ਚਰਚ ਨੂੰ। ਸ਼ਰਾਰਤੀ ਅੰਸਰਾਂ ਨੇ ਆ ਕੇ ਅਤੇ ਇਹਨਾਂ ਨੂੰ ਧੱਕੇ ਮਾਰ ਕੇ ਚਰਚ ਚੋਂ ਬਾਹਰ ਕੱਢ ਕੇ ਅਤੇ ਇਹ ਜਿਹੜਾ ਚਰਚ ਨੂੰ ਤਾਲਾ ਲਾ ਤਾ। ਸਾਡਾ ਕ੍ਰਿਸਮਿਸ ਡੇ ਜਿਹੜਾ ਸਾਲ ਬਾਅਦ ਤਿਉਹਾਰ ਆਉਂਦਾ ਵਾ ਉਹਨੂੰ ਇਹਨਾਂ ਅੰਸਰਾਂ ਨੇ ਫਿੱਕਾ ਕੀਤਾ ਵਾ। ਸਾਡੀ ਪੁਰ ਜ਼ੋਰ ਮੰਗ ਵਾ ਕਿ ਇਹਨਾਂ ਨੂੰ ਕਾਨੂੰਨੀ ਜਿਹੜੀ ਸਜ਼ਾ ਦਿੱਤੀ ਜਾਵੇ। ਕੋਰਟ ਵੱਲੋਂ ਸਟੇਅ ਦਾ ਵੀ ਇਹਨਾਂ ਜਿਹੜਾ ਸਟੇਅ ਨੂੰ ਭੰਗ ਕੀਤਾ ਵਾ, ਕਾਨੂੰਨ ਨੂੰ ਟਿੱਚ ਸਮਝਿਆ ਵਾ, ਕਾਨੂੰਨ ਨੂੰ ਇਹਨਾਂ ਆਪਣੇ ਹੱਥਾਂ 'ਚ ਪੂਰੀ ਤਰ੍ਹਾਂ ਲਿਆ ਵਾ ਅਤੇ ਕਾਨੂੰਨ ਦੇ ਮੁਤਾਬਕ ਇਹਨਾਂ ਦੇ ਕਾਰਵਾਈ ਹੋਏ ਅਤੇ ਫਿਰ ਇਹ ਜਿਹੜੀ ਸਾਰੀ ਸੰਗਤ ਵਾ ਇਹਨਾਂ ਦੇ ਰੋਸ ਪਾ ਰਿਹਾ। ਲੋਕ ਘਰਾਂ ਵਿੱਚ ਬੈਠੇ ਹੁਣ ਘਰਾਂ 'ਚੋਂ ਬਾਹਰ ਨਿਕਲ ਗਏ ਤੁਹਾਡੇ ਵੱਲ ਵੇਖ ਕੇ ਮੀਡੀਆ ਵੱਲ ਕਿ ਅਸੀਂ ਇਹਨਾਂ ਨੂੰ ਆਪਣੀ ਗੱਲ ਦੱਸੀਏ। ਇਹ ਸਾਡੀ ਜਿਹੜੀ ਸੁਣਵਾਈ ਆ ਸਰਕਾਰ ਤੱਕ ਹੋਣੀ ਚਾਹੀਦੀ ਆ ਤਾਂ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਸਾਡੀ ਪੁਰ ਜ਼ੋਰ ਬੇਨਤੀ ਆ ਕਿ ਇਹ ਵੱਡੇ ਦਿਨ 'ਤੇ ਜਿਹੜਾ ਸਾਡਾ ਚਰਚ ਵਾ ਖੁੱਲ੍ਹਣਾ ਚਾਹੀਦਾ ਵਾ ਕਿ ਤਾਂ ਜੇ ਸਾਰੇ ਲੋਕ ਰਲ ਮਿਲ ਕੇ ਇਹਨੂੰ ਮਨਾ ਕੇ ਵੱਡੇ ਦਿਨ ਨੂੰ ਅਤੇ ਜਿਹੜੇ ਪ੍ਰਭੂ ਯਿਸੂ ਮਸੀਹ ਦੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕਣ ਅਤੇ ਸ਼ਰਾਰਤੀ ਅੰਸਰਾਂ ਨੂੰ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਵਾ। ਪਿੰਡ ਸੇਖੇ ਦੀ ਚਰਚ ਦਾ ਦੋਨਾਂ ਪਾਰਟੀਆਂ ਦਾ ਆਪਸ ਵਿੱਚ ਝਗੜਾ ਸੀ। ਇੱਕ ਪਾਰਟੀ ਨੇ ਥਾਣੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਡੀ ਸਾਨੂੰ ਚਰਚ ਖੋਲ੍ਹਣ ਦਿੱਤੀ ਜਾਵੇ, ਪਰ ਦੋਨਾਂ ਪਾਰਟੀਆਂ ਰਾਸ਼ਟਰ ਸਾਹਿਬ ਮੌਕਾ ਵੇਖ ਕੇ ਗਏ ਨੇ ਇੱਥੇ। ਉਹਨਾਂ ਦੋਨਾਂ ਪਾਰਟੀਆਂ ਨੂੰ 3 ਵਜੇ ਦਾ ਟਾਈਮ ਦਿੱਤਾ ਵਾ, 3 ਵਜੇ ਜੋ ਵੀ ਦੋਨਾਂ ਪਾਰਟੀਆਂ ਦਾ ਫੈਸਲਾ ਹੋਵੇਗਾ ਉਹਦੇ ਤੋਂ ਬਾਅਦ ਤੱਕ। ਪਰ ਦੋਨਾਂ ਪਾਰਟੀਆਂ ਨੇ ਤਾਲੇ ਲਾਏ ਨੇ ਚਰਚ ਨੂੰ, 2 ਤਾਲੇ ਲੱਗੇ ਨੇ। ਸਤਵਿੰਦਰ ਸਿੰਘ, ਦਿਵਿਆ ਪੰਜਾਬ ਟੀਵੀ, ਗੁਰਦਾਸਪੁਰ।